ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇੰਡੀਆ ਭਾਰਤ ਤੇ ਕੈਨੇਡਾ ਦੇ ਵਿਵਾਦ ਦੇ ਵਿਚਕਾਰ ਹੁਣ ਨਿਊਯਾਰਕ ਟਾਈਮ ਦੇ ਵੱਲੋਂ ਇੱਕ ਅਜਿਹੀ ਰਿਪੋਰਟ ਛਾਪੀ ਗਈ ਹੈ ਜਿਸ ਨੇ ਇਹਨਾਂ ਦੋਨਾਂ ਮੁਲਕਾਂ ਦੀ ਤਲਖੀ ਦੇ ਵਿੱਚ ਇੱਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ ਤਾਂ ਦੱਸ ਦਿਓ ਕਿ ਅਮਰੀਕਾ ਦੇ ਨਿਊਯਾਰਕ ਟਾਈਮਸ ਅਖਬਾਰ ਦੇ ਵੱਲੋਂ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੀ ਜਾਣਕਾਰੀ ਦੀ ਜਿਹੜੀ ਰਿਪੋਰਟ ਹੈ ਉਹ ਅਮਰੀਕਾ ਦੇ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਜਿਹੜੇ ਬਿਆਨ ਦਿੱਤੇ ਗਏ ਨੇ ਜਸਟਨ ਟਰੂਡੋ ਦੇ ਵੱਲੋਂ ਜਿਹੜੀ ਰਿਪੋਰਟ ਦੇ ਆਧਾਰ ਦੇ ਉੱਤੇ ਜਸਟਨ ਟਰੂਡੋ ਸੰਸਦ ਦੇ ਵਿੱਚ ਖੜੇ ਹੋ ਕੇ ਭਾਰਤ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਉਹ ਰਿਪੋਰਟ ਦਰਅਸਲ ਅਮਰੀਕਾ ਦੀ ਖੂਫੀਆ ਏਜੰਸੀ ਦੇ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਹੈ ਉੱਥੇ ਹੀ ਅਮਰੀਕਾ ਦੇ ਨਿਊਯਾਰਕ ਟਾਈਮ ਅਖਬਾਰ ਦੇ ਵਿੱਚ ਖੁਲਾਸੇ ਕੀਤੇ ਗਏ ਨੇ ਇੱਥੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਊਯਾਰਕ ਟਾਈਮ ਦੇ ਵਿੱਚ ਲਿਖੀ ਗਈ ਹੈ ਇਹਦੇ ਵਿੱਚ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦੀ ਪਛਾਣ ਨੂੰ ਵੀ ਗੁਪਤ ਰੱਖਿਆ ਗਿਆ ਹੈ ਇਸ ਦੇ ਵਿੱਚ ਇਸ ਆਰਟੀਕਲ ਦੇ ਵਿੱਚ ਤਿੰਨ ਚਾਰ ਪੁਆਇੰਟਸ ਲਿਖੇ ਗਏ ਨੇ ਜਿਹਦੇ ਵਿੱਚ 3I ਦਾ ਵੀ 3I ਜਿਹੜਾ ਪੰਜ ਦੇਸ਼ਾਂ ਦਾ ਇੱਕ ਸਮੂਹ ਬਣਿਆ ਹੋਇਆ ਹੈ 5I ਉਸ ਦਾ ਵੀ ਜ਼ਿਕਰ ਹੋਇਆ ਹੈ ਕਿ ਇਸ ਦੇ ਤਹਿਤ ਜਿਹੜੇ ਪੰਜ ਮੁਲਕਾਂ ਦੀ ਜਿਹੜੇ ਗਠਨ ਕੀਤਾ ਹੋਇਆ ਹੈ ਪੰਜ ਮੁਲਕਾਂ ਦੇ ਵੱਲੋਂ ਜਿਹੜਾ ਇੱਕ ਡਿਪਾਰਟਮੈਂਟ ਬਣਾਇਆ ਹੋਇਆ ਹੈ 5I ਉਸ ਦੇ ਵੱਲੋਂ ਵੀ ਇਸ ਦੇ ਵਿੱਚ ਤਫਦੀਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਨਿਜਰ ਨੂੰ ਪਹਿਲਾਂ ਵੀ ਕਈ ਵਾਰ ਮਾਰਨ ਦੀਆਂ ਜਿਹੜੀਆਂ ਨੇ ਜਨ ਦਾ ਖਤਰਾ ਹੋਣ ਦੀਆਂ ਚੇਤਾਵਨੀਆਂ ਜਿਹੜੀਆਂ ਨੇ ਉਹ ਅਮਰੀਕਾ ਦੇ ਵੱਲੋਂ ਦਿੱਤੀਆਂ ਗਈਆਂ ਸੀ ਜਸਦੇ ਆਧਾਰ ਦੇ ਉੱਤੇ ਕੈਨੇਡਾ ਦੇ ਵੱਲੋਂ ਉਸ ਦੀ ਸੁਰੱਖਿਆ ਦੇ ਲਈ ਵੀ ਉਸ ਨੂੰ ਕਈ ਵਾਰ ਸੰਮਨ ਕੀਤਾ ਗਿਆ ਸੀ ਸੋ ਕਈ ਵੱਡੇ ਖੁਲਾਸੇ ਇਸ ਰਿਪੋਰਟ ਦੇ ਵਿੱਚ ਨਿਊਯਾਰਕ ਟਾਈਮ ਦੇ ਵੱਲੋਂ ਕੀਤੇ ਗਏ ਨੇ ਉੱਥੇ ਤਾਂ ਦੱਸਦੀ ਹੈ ਕਿ ਲਗਾਤਾਰ ਭਾਰਤ ਤੇ ਕੈਨੇਡਾ ਦੇ ਵਿਚਕਾਰ ਵਿਵਾਦ ਛਿੜਿਆ ਹੋਇਆ ਹੈ ਸਦਨ ਦੇ ਵਿੱਚ ਖੜਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਭਾਰਤ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦਾ ਕਤਲ ਭਾਰਤ ਦੇ ਵੱਲੋਂ ਕਰਵਾਇਆ ਗਿਆ ਤਾਂ ਉਸ ਰਿਪੋਰਟ ਨੂੰ ਲੈ ਕੇ ਜਿਹੜਾ ਹੁਣ ਵੱਡਾ ਖੁਲਾਸਾ ਨਿਊਯਾਰਕ ਟਾਈਮ ਦੇ ਆਰਟੀਕਲ ਦੇ ਵਿੱਚ ਕੀਤਾ ਗਿਆ ਹੈ ਨਿਊਯਾਰਕ ਟਾਈਮ ਅਖਬਾਰ ਦੇ ਆਰਟੀਕਲ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਦੀ ਜਾਂਚ ਜਿਹੜੀ ਹੈ ਅਮਰੀਕਾ ਦੀ ਏਜੰਸੀਆਂ ਦੇ ਵੱਲੋਂ ਕੀਤੀ ਗਈ ਹੈ ਤੇ ਇਹ ਰਿਪੋਰਟ ਜਿਹੜੀ ਖੁਫੀਆ ਰਿਪੋਰਟ ਵੀ ਹੈ ਅਮਰੀਕਾ ਦੀਆਂ ਏਜੰਸੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਨਾਲ ਜਿਸ ਦੇ ਆਧਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਸ਼ਰਿਆਮ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਜਿਹੜੇ ਇਹਦਾ ਇਲਜ਼ਾਮਾ ਤੋਂ ਬਾਅਦ ਕੈਨੇਡਾ ਦੇ ਵੱਲੋਂ ਭਾਰਤ ਦੇ ਉੱਚ ਅਧਿਕਾਰੀਆਂ ਨੂੰ ਵੀ ਜਿਹੜਾ ਬਿਊਰੋਕ੍ਰੇਟਸ ਨੂੰ ਵੀ ਜਿਹੜਾ ਦੇਸ਼ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਭਾਰਤ ਦੇ ਵੱਲੋਂ ਵੀ ਪੰਜ ਕੈਨੇਡਾ ਦੇ ਬਿਊਰੋਕ੍ਰੇਟਸ ਨੂੰ ਜਿਹੜਾ ਦੇਸ਼ ਦੇ ਵਿੱਚੋਂ ਇੱਕ ਹਫਤੇ ਲਈ ਜਾਣ ਦੇ ਲਈ ਹੁਕਮ ਦੇ ਦਿੱਤੇ ਗਏ ਸੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵੱਲੋਂ ਕੈਨੇਡਾ ਦੇ ਵਾਸੀਆਂ ਦੇ ਲਈ ਅਨਮਿੱਥੇ ਸਮੇਂ ਦੇ ਲਈ ਵੀਜ਼ੇ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੀ ਬੰਦ ਕਰ ਦਿੱਤੀਆਂ ਨੇ ਸੋ ਇਸ ਵਿਚਕਾਰ ਹੁਣ ਇੱਕ ਵੱਡਾ ਖੁਲਾਸਾ ਨਿਊਯਾਰਕ ਟਾਈਮ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਨਿਊਯਾਰਕ ਟਾਈਮ ਦੇ ਆਰਟੀਕਲ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਦੀ ਜਿਹੜੀ ਸਾਰੀ ਰਿਪੋਰਟ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਸਾਰੀ ਰਿਪੋਰਟ ਅਮਰੀਕਾ ਦੇ ਵੱਲੋਂ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਨਾਲ ਜੇਜ਼ ਰਿਪੋਰਟ ਦੇ ਆਧਾਰ ਦੇ ਉੱਤੇ ਜਸਟਨ ਟਰੂਡੋ ਸੰਸਦ ਦੇ ਵਿੱਚ ਖੜੇ ਹੋ ਕੇ ਭਾਰਤ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਸੋ ਇਸੇ ਨਾਲ ਹੀ ਜਿਹੜਾ 5 ਆਈਜ਼ ਜਿਹੜਾ ਇੱਕ ਸੰਗਠਨ ਬਣਿਆ ਹੋਇਆ ਹੈ ਪੰਜ ਦੇਸ਼ਾਂ ਦਾ ਜਿਹੜਾ ਕਿਸੇ ਦੇਸ਼ ਵਿੱਚ ਹੋਈ ਗੈਰ ਕਾਨੂੰਨੀ ਕਿਰਿਆ ਦੇ ਉੱਤੇ ਜਿਹੜਾ ਰਿਪੋਰਟ ਤਿਆਰ ਕਰਦਾ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਕੈਨੇਡੀਅਨ ਕੈਨੇਡੀਅਨ ਅਧਿਕਾਰੀਆਂ ਨੇ ਨਿਜਰ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਅਮਰੀਕਾ ਦੇ ਵੱਲੋਂ ਪਹਿਲਾਂ ਵੀ ਕੈਨੇਡਾ ਦੇ ਨਾਲ ਇੰਦਰ ਹਰਦੀਪ ਸਿੰਘ ਨਿਜਰ ਦੇ ਤੇ ਜਿਹੜਾ ਸੁਰੱਖਿਆ ਨੂੰ ਲੈ ਕੇ ਇੱਕ ਰਿਪੋਰਟ ਭੇਜੀ ਗਈ ਸੀ ਜਿਸ ਦੇ ਉੱਤੇ ਗੌਰ ਕਰਦੇ ਹੋਏ ਕੈਨੇਡਾ ਦੀ ਕੈਨੇਡਾ ਦੀਆਂ ਅਧਿਕਾਰੀਆਂ ਦੇ ਵੱਲੋਂ ਨਿੱਜਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਤੋਂ ਮਨਾ ਕੀਤਾ ਗਿਆ ਸੀ ਕਿ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਆਇਆ ਕਰੋ ਤਾਂ ਦੱਸਦੀ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨ ਸੀ ਕਮੇਟੀ ਦਾ ਹਰਦੀਪ ਸਿੰਘ ਨਿੱਜਰ ਉਸ ਨੂੰ ਵੀ ਜਾਨ ਦਾ ਖਤਰਾ ਹੋਣ ਦੇ ਕਾਰਨ ਜਿਹੜਾ ਕੈਨੇਡਾ ਦੇ ਅਧਿਕਾਰੀਆਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਤੋਂ ਵੀ ਮਨਾ ਕੀਤਾ ਗਿਆ ਸੀ ਕਿ ਲਗਾਤਾਰ ਤੁਹਾਡੀ ਜਾਨ ਨੂੰ ਜਿਹੜਾ ਖਤਰਾ ਹੈ ਤੁਹਾਡੇ ਪਿੱਛੇ ਏਜੰਸੀਆਂ ਲੱਗੀਆਂ ਹੋਈਆਂ ਨੇ ਸੋ ਇਹ ਸਾਰੀ ਰਿਪੋਰਟ ਦਾ ਖੁਲਾਸਾ ਜਿਹੜਾ ਹੈ ਅਨਿਊਯਾਰਕ ਟਾਈਮ ਦੇ ਇੱਕ ਆਰਟੀਕਲ ਦੇ ਵਿੱਚ ਕੀਤਾ ਗਿਆ ਸੋ ਇਸ ਦੇ ਨਾਲ ਹੀ ਜਿਹੜਾ ਅਮਰੀਕਾ ਦੇ ਭਾਰਤ ਦੇ ਉੱਤੇ ਲਗਾਏ ਹੋਏ ਦੋਸ਼ਾਂ ਨੂੰ ਲੈ ਕੇ ਇੱਕ ਆਰਟੀਕਲ ਦੇ ਵਿੱਚ ਹੋਰ ਪੁਆਇੰਟ ਲਿਖਿਆ ਗਿਆ ਹੈ ਕਿ ਅਮਰੀਕਾ ਜਿਹੜਾ ਹੈ ਕਾਫੀ ਚਿੰਤਤ ਹੈ ਕਿ ਭਾਰਤ ਦੇ ਉੱਤੇ ਇਹ ਜਿਹੇ ਇਲਜ਼ਾਮ ਜਿਹੜੇ ਨੇ ਉਹ ਲੱਗ ਰਹੇ ਨੇ ਸੋ ਇਸ ਦੇ ਨਾਲ ਹੀ ਅਮਰੀਕਾ ਦੇ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਹੈ ਕਿ ਭਾਰਤ ਤੇ ਕੈਨੇਡਾ ਜਿਹੜਾ ਹੈ ਜਲਦੀ ਇਸ ਦਾ ਕੋਈ ਹੱਲ ਕੱਢੇ ਸੋਸ ਦੇ ਵਿਚਾਰੀ ਤੁਹਾਨੂੰ ਜਿਹੜਾ ਹੁਣ ਨਿਊਯਾਰਕ ਟਾਈਮ ਅਖਬਾਰ ਦੀ ਰਿਪੋਰਟ ਨੇ ਇੱਕ ਵੱਡਾ ਖੁਲਾਸਾ ਜਿਹੜਾ ਇੰਦਰਬੀਤ ਨਿੱਜਰ ਕਤਲ ਮਾਮਲੇ ਦੇ ਵਿੱਚ ਜਿਹੜਾ ਲੈ ਕੇ ਹੋਇਆ ਹੈ ਕਿ ਜਿਹੜਾ ਕਤਲ ਦੇ ਲੈ ਕੇ ਇਲਜ਼ਾਮ ਜਿਹੜੇ ਨੇ ਭਾਰਤ ਦੇ ਉੱਤੇ ਲੱਗ ਰਹੇ ਨੇ ਸੋ ਜਸਟਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਅਮਰੀਕਾ ਦੇ ਵੱਲੋਂ ਦਿੱਤੀ ਗਈ ਖੂਫੀਆ ਰਿਪੋਰਟ ਦੇ ਆਧਾਰ ਦੇ ਉੱਤੇ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਹੈ ਉਹ ਭਾਰਤ ਦੇ ਵੱਲੋਂ ਕਰਵਾਇਆ ਗਿਆ ਸੀ ਭਾਰਤ ਦੀ ਖੂਫੀਆ ਏਜੰਸੀਆਂ ਨੇ ਇਹ ਕੰਮ ਨੂੰ ਇੰਜਾਮ ਦਿੱਤਾ ਸੋ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਟਾਈਮਸ ਨਾਊ ਨੇ ਇੱਕ ਆਰਟੀਕਲ ਲਿਖਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਸੋ ਸਤੋ ਉਪਰਲਾਵਾ ਜੇਕਰ ਗੱਲ ਕਰੀਏ ਤਾਂ ਜਸਟਨ ਟਰੂਡੋ ਦੇ ਵੱਲੋਂ ਸੰਸਦ ਦੇ ਵਿੱਚ ਖੜੇ ਹੋ ਕੇ ਇਲਜ਼ਾਮ ਲਗਾਏ ਗਏ ਸੀ ਭਾਰਤ ਦੇ ਉੱਤੇ ਕਿ ਹਰਦੀਪ ਸਿੰਘ ਨੀਜਰ ਦਾ ਕਤਲ ਭਾਰਤ ਦੇ ਵੱਲੋਂ ਕਰਵਾਇਆ ਗਿਆ ਹੈ ਸੋ ਹੁਣ ਨਿਊਯਾਰਕ ਟਾਈਮ ਦੇ ਇੱਕ ਆਰਟੀਕਲ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪੰਜ ਦੇਸ਼ਾਂ ਦਾ ਜਿਹੜਾ ਸੰਗਠਨ ਬਣਿਆ ਹੈ 5ஐ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਸੇ ਵੱਲੋਂ ਲਗਾਤਾਰ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਅਮਰੀਕਾ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਸੀ ਜਿਹੜੀ ਜਾਂਚ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਸੀ ਉਹ ਰਿਪੋਰਟ ਜਦੋਂ ਕੈਨੇਡਾ ਦੇ ਅਧਿਕਾਰੀਆਂ ਦੇ ਨਾਲ ਸਾਂਝੀ ਕੀਤੀ ਗਈ ਤਾਂ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਸਟਨ ਟਰੂਡੋ ਆ ਕੇ ਇਲਜ਼ਾਮ ਲਗਾਉਂਦੇ ਨੇ ਕਿ ਭਾਰਤ ਦੇ ਵੱਲੋਂ ਹਰਦੀਪ ਪਸੰਗ ਨਿਜਰ ਦਾ ਕਤਲ ਕੀਤਾ ਗਿਆ ਹੈ ਸੋ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਕੈਨੇਡਾ ਦੇ ਵਿਚਕਾਰ ਤਲਖੀ ਵਧਦੀ ਜਾ ਰਹੀ ਹੈ ਜਿੱਥੇ ਕੈਨੇਡਾ ਦੇ ਵੱਲੋਂ ਇੱਕ ਭਾਰਤ ਦੇ ਬਿਊਰੋਕ੍ਰੇਟ ਨੂੰ ਦੇਸ਼ ਦੇ ਵਿੱਚੋਂ ਕੱਢਿਆ ਗਿਆ ਸੋ ਉਸ ਦੇ ਉੱਤੇ ਤੁਰੰਤ ਐਕਸ਼ਨ ਲੈਂਦੇ ਹੋਏ ਭਾਰਤ ਨੇ ਵੀ ਕੈਨੇਡਾ ਦੇ ਪੰਜ ਬਿਊਰੋਕ੍ਰੇਟਸ ਨੂੰ ਇੱਕ ਹਫ਼ਤੇ ਦੇ ਵਿੱਚ ਦੇਸ਼ ਤੋਂ ਜਾਣ ਦੇ ਹੁਕਮ ਸੁਣਾਤੇ ਗਏ ਸੀ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਭਾਰਤ ਨੇ ਇੱਕ ਹੋਰ ਵੱਡਾ ਐਕਸ਼ਨ ਲੈਂਦੇ ਹੋਏ ਭਾਰਤ ਦੇ ਵਿੱਚ ਕੈਨੇਡੀਅਨ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵੀਜ਼ਾ ਦੇ ਉੱਤੇ ਅਨਮਿੱਥੇ ਸਮੇਂ ਦੇ ਲਈ ਰੋਕ ਲਗਾ ਦਿੱਤੀ ਸੀ ਤਾਂ ਇਸ ਦੇ ਨਾਲ ਹੀ ਹੋਣਾ ਇੱਕ ਵੱਡਾ ਖੁਲਾਸਾ ਨਿਊਯਾਰਕ ਟਾਈਮ ਅਖਬਾਰ ਦੇ ਵਿੱਚ ਕੀਤਾ ਗਿਆ ਹੈ ਕਿ ਆਰਟੀਕਲ ਲਿਖਿਆ ਗਿਆ ਹੈ ਜਿਸ ਦੇ ਵਿੱਚ ਅਮਰੀਕਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਮਰੀਕਾ ਦੇ ਵੱਲੋਂ ਨਿਜਰ ਦੇ ਕਤਲ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ ਤੇ ਇਸ ਜਾਂਚ ਦੇ ਵਿੱਚ ਰਿਪੋਰਟ ਜਿਹੜੀ ਕੈਨੇਡਾ ਨੂੰ ਦਿੱਤੀ ਗਈ ਹੈ ਸੋ ਕੈਨੇਡਾ ਨੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਨੇ ਸੋ ਇਸ ਦੇ ਨਾਲ ਹੀ ਇੱਕ ਆਰਟੀਕਲ ਦੇ ਵਿੱਚ ਇੱਕ ਪੁਆਇੰਟ ਵੀ ਲਿਖਿਆ ਗਿਆ ਹੈ ਅਮਰੀਕਾ ਕਾਫੀ ਚਿੰਤਾਤ ਹੈ ਕਿ ਭਾਰਤ ਦੇ ਉੱਤੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ